ਅੱਛਾ ਜਸਵੀਰ ਸਿੰਘ ਜੀ ਆਪਾਂ ਗੱਲ ਕਰਨੀ ਸੀ ਸ਼ਰਾਬ ਬਾਰੇ ਐਲਕੋਹਲ ਦਾ ਕਿਉਂਕਿ ਜਿਵੇਂ ਤੁਸੀਂ ਸਰਜਰੀ ਕਰਾਈ ਹੈ ਐਮ ਜੀ ਬੀ ਗੈਸਟ੍ਰਿਕ ਬਾਈਪਾਸ ਜਿਹੜਾ ਮਿੰਨੀ ਗੈਸਟ੍ਰਿਕ ਬਾਈਪਾਸ ਮੋਟਾਪੇ ਲਈ ਹੈ ਨਾ ਕਿੰਨਾ ਘਟਿਆ ਹੋਇਆ ਵੇਟ 60 ਕਿਲੋ ਹਾਂਜੀ 60 ਕਿਲੋ ਘਟਿਆ ਨਾ 140 ਸੀ 80 ਆ ਸ਼ਰਾਬ ਬਾਰੇ ਆਪਾਂ ਗੱਲ ਕਰਨੀ ਹੈ ਵੀ ਪਹਿਲਾਂ ਤੁਸੀਂ ਕਿੰਨੇ ਕੁ ਪੀਂਦੇ ਸੀ ਆਪਰੇਸ਼ਨ ਤੋਂ ਪਹਿਲਾਂ ਇੱਕ ਟਾਈਮ 'ਤੇ ਸਹੀ ਦੱਸਣਾ ਆਪਰੇਸ਼ਨ ਤੋਂ ਪਹਿਲਾਂ ਤਾਂ ਜੀ ਮੈਂ ਜ਼ਿਆਦਾ ਹੀ ਪੀਂਦਾ ਹੁੰਦਾ ਬੋਤਲ ਦੋ ਬੋਤਲਾਂ ਨਹੀਂ ਜੀ ਬੋਤਲ ਦੇ ਨੇੜੇ ਇੱਕ ਬੋਤਲ ਦੇ ਨੇੜੇ ਪਰ ਹੁਣ ਇਹ ਦੱਸੋ ਵੀ ਆਪਾਂ ਭਾਰ ਘਟ ਗਿਆ ਠੀਕ ਆ ਹਾਂਜੀ ਹਾਂਜੀ ਖਾਂਦਾ ਖੁੱਦਾ ਵੀ ਜਾਂਦਾ ਤਾਂ ਦੋ ਫੁਲਕੇ ਖਾ ਲੈਂਦੇ ਹੋ ਤਸੱਲੀ ਹੋ ਜਾਂਦੀ ਹੈ ਨਾ ਤੇ ਬੋਤਲ ਪੀਣ ਦੇ ਵਿੱਚ ਤਾਂ ਨਹੀਂ ਆਇਆ ਹੁੰਦਾ ਕਿ ਮੈਂ ਤੋਂ ਪੀਤੀ ਨਹੀਂ ਜਾ ਰਹੀ ਤਸੱਲੀ ਨਾ ਹੁੰਦੀ ਹੋਵੇ ਬੋਤਲ ਪੀਤੀ ਜਾਂਦੀ ਜੀ ਕਿੰਨੀ ਪੀ ਲੈਂਦੇ ਹੋ ਹਾਫ ਜੀ ਅੱਧੀ ਹੀ ਪੀਂਦੇ ਨਹੀਂ ਹਾਫ ਨਾਲ ਤਸੱਲੀ ਹੋ ਜਾਂਦੀ ਹਾਂਜੀ ਹਾਂਜੀ ਪੂਰੀ ਜੀ ਅੱਛਾ ਸੰਤੁਸ਼ਟੀ ਹੋ ਜਾਂਦੀ ਹੈ ਨਸ਼ਾ ਵੀ ਹੋ ਜਾਂਦਾ ਜੀ ਬੰਦੇ ਨਾ ਨਸ਼ਾ ਹੋ ਜਾਂਦਾ ਪੂਰਾ ਸੋ ਆਪਾਂ ਇਹ ਸਮਝ ਲਈਏ ਕਿ ਭਾਰ ਘਟ ਗਿਆ ਤਾਂ ਇਹਦਾ ਮਤਲਬ ਅੱਧੀ ਬੋਤਲ ਨਾਲ ਹੀ ਨਸ਼ਾ ਹੋ ਜਾਂਦਾ ਹਾਂਜੀ ਹਾਂਜੀ ਜਿਹੜੇ ਪਹਿਲਾਂ ਪੂਰੀ ਨਾਲ ਕਰਦੇ ਹਾਂਜੀ 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 ਸੋ ਇੱਕ ਤਾਂ ਇਹ ਆਪਾਂ ਦੱਸਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਵੇਂ ਹੁਣ ਵੇਟ ਤੁਹਾਡਾ ਘਟਿਆ ਹਾਂਜੀ ਤਾਂ ਡੈਫੀਨੇਟਲੀ ਅਸੀਂ ਇਹ ਦੇਖਦੇ ਹਾਂ ਵੀ ਥੋੜ੍ਹੇ ਨਾਲ ਗੱਲ ਬਣਦੀ ਹੈ ਹਾਂਜੀ ਹਾਂਜੀ ਪਰ ਡਿਪੈਂਡ ਇਹ ਕਰਦਾ ਬੰਦੇ ਬੰਦੇ 'ਤੇ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਕਿ ਜੇ ਤਾਂ ਤੁਸੀਂ ਪੀਂਦੇ ਹੋ ਵੀ ਥੋੜ੍ਹਾ ਜਿਹਾ ਦਿਮਾਗ ਘੁਮਾਉਣਾ ਠੀਕ ਆ ਫਿਰ ਤਾਂ ਥੋੜ੍ਹੇ ਨਾਲ ਵੀ ਘੁੰਮ ਜਾਂਦਾ ਪਰ ਕਈਆਂ ਨੂੰ ਇਹ ਹੁੰਦਾ ਬੋਤਲ ਹੀ ਖਤਮ ਕਰਨੀ ਹੈ ਉਹ ਤਾਂ ਫਿਰ ਕਰ ਹੀ ਸਕਦਾ ਕਿਉਂਕਿ ਐਂ ਤਾਂ ਲਿਕੁਇਡ ਆ ਜਿੰਨਾ ਮਰਜ਼ੀ ਹੇਠਾਂ ਤਾਂ ਜਾਈ ਜਾਊਗਾ ਤੁਸੀਂ ਕਿੰਨਾ ਵੀ ਟਾਈਟ ਬਾਈਪਾਸ ਟਾਈਟ ਪਾਊਚ ਬਣਾ ਲਓ ਪਰ ਇੱਕ ਇਹਦੇ 'ਚ ਇਹ ਵੀ ਹੈ ਕਿ ਐਂ ਤਾਂ ਨਹੀਂ ਐਂ ਲੱਗਦਾ ਵੀ ਜ਼ਿਆਦਾ ਤੋੜ ਲੱਗਦੀ ਹੈ ਜ਼ਿਆਦਾ ਜੀ ਕਰਦਾ ਪੀਣ ਨੂੰ ਕੁਛ ਇੱਦਾਂ ਦਾ ਨਹੀਂ ਹੈਗਾ ਮਤਲਬ ਜੀ ਸ਼ਾਮ ਨੂੰ ਤਾਂ ਨਾ ਜੀ ਦਿਨੇ ਤਾਂ ਜੀ ਮੈਂ ਬਹੁਤ ਦਿਨ ਹੋ ਗਏ ਜੀ ਪੀਤੀ ਨੂੰ ਦਾਰੂ ਕਈ ਸਾਲ ਹੋ ਗਏ 70 ਸਾਲ ਹੋ ਗਏ ਅੱਛਾ ਅੱਛਾ ਸ਼ਾਮ ਨੂੰ ਜਦੋਂ ਦਿਨ ਛਿਪਦਾ ਉਦੋਂ ਮਨ ਕਰਦਾ ਜੀ ਪੀਣ ਨੂੰ ਜੀ ਉਹ ਜਦੋਂ ਸਰਜਰੀ ਨਹੀਂ ਕਰਾਈ ਸੀ ਉਦੋਂ ਵੀ ਮਨ ਕਰਦਾ ਸੀਗਾ ਉਦੋਂ ਵੀ ਮਨ ਨਹੀਂ ਕਰਦਾ ਸੀ ਉਦੋਂ ਵੀ ਕਰਦਾ ਸੀ ਸੋ ਇਹ ਮੈਂ ਦੇਖਿਆ ਕਿ ਇਹ ਹੈ ਅਵਸਥਾ ਮਨ ਦੀ ਹੋਈ ਆ ਪਰ ਮੈਂ ਲੌਂਗ ਰਨ 'ਚ ਜੋ ਮੇਰਾ ਐਕਸਪੀਰੀਅੰਸ ਆ ਜਿਵੇਂ ਤੁਸੀਂ ਪੀ ਰਹੇ ਹੋ ਜ਼ਿਆਦਾ ਇਵੇਂ ਫਿਰ ਭਾਰ ਹੌਲੀ ਹੌਲੀ ਫਿਰ ਵਧੂ ਕਿਉਂਕਿ ਇਹ 'ਚ ਕੈਲਰੀਜ਼ ਤੁਸੀਂ ਦੇਖੋ ਨਾ ਕਾਫੀ ਆ ਦੂਜਾ ਇਹ ਆ ਫਿਰ ਲਿਵਰ ਵੀ ਤਾਂ ਆਪਣਾ ਹੀ ਆ ਵੈਸੇ ਤਾਂ ਹੁਣ ਇੰਨੀ ਚਰਬੀ ਨਿਕਲੀ ਲਿਵਰ ਬੈਟਰ ਤਾਂ ਹੋਇਆ ਪਹਿਲਾਂ ਨਾਲੋਂ ਫੈਟੀ ਲਿਵਰ ਸੀਗਾ ਜਿਹੜਾ ਪਰ ਫਿਰ ਵੀ ਇੰਨੀ ਨਾ ਪੀਓ ਠੀਕ ਜਾਂ ਬੈਸਟ ਹੈਗਾ ਪਹਿਲਾਂ ਖਾ ਲਓ 7 ਵਜੇ ਰੋਟੀ ਖਾ ਲਓ ਇਕੱਲੇ ਬਹਿ ਕੇ 2 ਪੈਗ ਲਾ ਲਓ ਬਹੁਤ ਆ ਉਹਨੇ ਨਾਲ ਵੀ ਤੁਹਾਡਾ ਕੰਮ ਹੋ ਜਾਣਾ ਠੀਕ ਹੈ ਥੋੜ੍ਹਾ ਜਿਹਾ ਮਨ ਦੀ ਅਵਸਥਾ ਹੈ ਵੈਸੇ ਤਾਂ ਜੇ ਛੱਡ ਹੀ ਦਿਓ ਤਾਂ ਬੈਸਟ ਹੈ ਠੀਕ ਛੱਡਣਾ ਵੀ ਔਖਾ ਨਹੀਂ ਹੈ ਨਹੀਂ ਨਹੀਂ ਔਖਾ